ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ। ਵਿਚਾਰ ਵਟਾਂਦਰਾ ਅਸੀਂ ਜਾਰੀ ਰੱਖਿਆ ਹੋਇਆ, ਪੰਚਾਇਤੀ ਚੋਣਾਂ ਬਾਰੇ ਅਸੀਂ ਗੱਲ ਕਰ ਰਹੇ ਹਾਂ, ਕਿਸ ਤਰੀਕੇ ਦਾ ਹੋਣਾ ਚਾਹੀਦਾ ਸਾਡੇ ਪਿੰਡ ਦਾ ਸਰਪੰਚ, ਔਰ ਕੀ ਕੁਝ ਉਮੀਦਾਂ ਸਾਡੇ ਸਰਪੰਚ ਤੋਂ ਲਗਾਈਆਂ ਜਾ ਸਕਦੀਆਂ ਹਨ ਜਦ ਉਹਨਾਂ ਨੂੰ ਸਰਪੰਚ ਚੁਣ ਕੇ ਹਲਕੇ ਦੇ ਲੋਕ ਭੇਜਦੇ ਹਨ, ਤਾਂ ਕਿ ਉਹ ਨੁਮਾਇੰਦਗੀ ਕਰ ਸਕਣ ਆਪਣੇ ਪਿੰਡ ਦੀ, ਨੁਮਾਇੰਦਗੀ ਕਰ ਸਕਣ ਆਪਣੇ ਪਿੰਡ ਦੇ ਵਸਨੀਕਾਂ ਦੀ। ਅਤੇ ਇੱਕ ਕਾਲਰ ਸਾਡੇ ਨਾਲ ਜੁੜੇ ਸੀਗੇ, ਉਹਨਾਂ ਨੇ ਕਿਹਾ ਕਿ ਬਜ਼ੁਰਗ ਜਿਹੜੇ ਨੇ ਉਹ ਅਹਿਮ ਭੂਮਿਕਾ ਨਹੀਂ ਨਿਭਾਉਂਦੇ ਹਨ। ਅਤੇ ਇੱਕ ਮੈਂ ਕਿੱਸਾ ਮੈਨੂੰ ਯਾਦ ਆ ਗਿਆ ਸੀਗਾ ਜੋ ਮੈਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਨਾ ਚਾਹੁੰਦਾ। ਇੱਕ ਨੌਜਵਾਨਾਂ ਦੀ ਬਰਾਤ ਜਾਰੀ ਸੀਗੀ, ਸਾਡੇ ਵਰਗੇ ਨੌਜਵਾਨ ਸੀਗੇ ਅਤੇ ਉਹਨਾਂ ਦੀ ਬਰਾਤ ਜਾਰੀ ਸੀਗੀ, ਅਤੇ ਉਹਨਾਂ ਨੇ ਕਿਹਾ ਕਿ ਇਸ ਬਰਾਤ ਦੇ ਵਿੱਚ ਨਾ ਸਾਰੇ ਨੌਜਵਾਨ ਜਾਣਗੇ ਅਤੇ ਸਾਨੂੰ ਕੋਈ ਬਜ਼ੁਰਗ ਨਹੀਂ ਚਾਹੀਦਾ। ਲੇਕਿਨ ਇੱਕ ਕਿਸੇ ਸਿਆਣੇ ਨੌਜਵਾਨ ਨੇ ਕਿਹਾ ਕਿ ਕਾਕਾ ਇੱਕ ਕੰਮ ਕਰੋ, ਇੱਕ ਸੰਦੂਕ ਦੇ ਵਿੱਚ ਪਾ ਕੇ ਨਾ ਇੱਕ ਬਜ਼ੁਰਗ ਲੈ ਜਾਓ, ਪਤਾ ਨਹੀਂ ਕਿੱਥੇ ਲੋੜ ਪੈ ਜਾਏ। ਅਤੇ ਕਿੱਥੇ ਨਾ ਕਿੱਥੇ ਇਹ ਗੱਲ ਕਿੱਥੇ ਸਪਸ਼ਟ ਕਰਦੀ ਹੈ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਯੂ ਥਿੰਕ ਬਜ਼ੁਰਗ ਇਜ਼ ਆਲਸੋ ਪਲੇ ਅ ਵੈਰੀ ਇੰਪੋਰਟੈਂਟ ਰੋਲ ਸਾਡੇ ਜਿਹੜੇ ਸਿਰਮੌਰ ਪਿੰਡ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਬਹੁਤ ਅਹਿਮ ਭੂਮਿਕਾ ਹੈਗੀ ਆ। ਦੇਖੋ ਪੰਜਾਬ ਦਾ ਜੋ ਕਲਚਰ ਹੈ, ਜੋ ਪੰਜਾਬ ਦੀ ਵਿਰਾਸਤ ਹੈ, ਉਹਦੇ ਵਿੱਚ ਬਜ਼ੁਰਗਾਂ ਦੀ ਆਪਣੀ ਇੱਕ ਇੱਜ਼ਤ ਹੈ। ਬਜ਼ੁਰਗਾਂ ਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ, ਉਹਨਾਂ ਦੀ ਸਲਾਹ, ਉਹਨਾਂ ਦੀ ਜੋ ਉਮਰ ਦਾ ਲਿਹਾਜ਼ ਅਸੀਂ ਕਰਦੇ ਹਾਂ, ਅਸੀਂ ਹਮੇਸ਼ਾ ਉਹਨਾਂ ਨੂੰ ਇੱਜ਼ਤ ਦੇਈਦੀ ਹੈ। ਜਿਸ ਤਰ੍ਹਾਂ ਦਰਸ਼ਕ ਨੇ ਕਿਹਾ ਕਿ ਯੰਗ ਬੱਚਿਆਂ ਨੂੰ ਲਿਆਉਣਾ ਚਾਹੀਦਾ, ਬਟ ਇੱਕ ਸਵਾਲ ਇਹ ਵੀ ਉੱਠਦਾ ਹੈ ਕਿ ਸਾਡੇ ਪਿੰਡਾਂ ਦੇ ਵਿੱਚ ਕਿੰਨੇ ਨੌਜਵਾਨ ਨੇ ਜਿਹੜੇ ਸਰਪੰਚ ਬਣਨ ਦੇ ਚਾਹਵਾਨ ਨੇ? ਆਈ ਡੋਂਟ ਫਾਈਂਡ ਦੈਮ, ਇਟਸ ਵੈਰੀ ਰੇਅਰ। ਹੁਣ ਇੱਕ ਸਰਪੰਚ ਦੀ ਕੁੜੀ ਪੜ੍ਹੀ ਲਿਖੀ ਪੋਸਟ ਗ੍ਰੈਜੂਏਟ ਬਣੀ ਸੀ ਰਾਜਸਥਾਨ 'ਚ, ਉਹਨੇ ਆਪਣੇ ਪਿੰਡ ਦੇ ਵਿੱਚ ਕਾਫੀ ਵਿਕਾਸ ਕਰਤਾ, ਉਹਦੀ ਇੰਟਰਨੈਟ 'ਤੇ ਕਾਫੀ ਚਰਚਾ ਹੋਈ, ਬਟ ਆਈ ਸਟਿਲ ਹੈਵ ਟੂ ਫਾਈਂਡ ਆਊਟ ਕਿ ਕਿੰਨੇ ਜਿਹੜੇ ਯੰਗ ਬੱਚੇ ਨੇ ਉਹ ਸਰਪੰਚ ਬਣਨਾ ਚਾਹੁੰਦੇ ਨੇ। ਔਰ ਇਹ ਵੀ ਚੀਜ਼ ਹੈ ਕਿ ਅਗਰ ਯੰਗ ਨੌਜਵਾਨ ਨੇ ਉਹਨਾਂ ਨੂੰ ਪਿੰਡ ਦੇ ਲੋਕ ਕਿੰਨਾ ਐਕਸੈਪਟ ਕਰਦੇ ਆ, ਕਿਉਂਕਿ ਜਦੋਂ ਵੀ ਸਰਪੰਚੀ ਦੀ ਗੱਲ ਆਏਗੀ ਹਮੇਸ਼ਾ ਦੇ ਵਿਲ ਗੋ ਫੋਰ ਅ ਬਜ਼ੁਰਗ ਕੈਂਡੀਡੇਟ, ਕਿਉਂਕਿ ਜੋ ਬਜ਼ੁਰਗ ਦੀ ਸਲਾਹ ਹੈ ਉਹ ਤਾਂ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਵੀ ਨਹੀਂ ਦੇ ਸਕਦਾ, ਉਹ ਕਿਸੇ ਵੱਡੀ ਯੂਨੀਵਰਸਿਟੀ 'ਚ ਵੀ ਨਹੀਂ ਮਿਲ ਸਕਦੀ, ਕਿਉਂਕਿ ਬਜ਼ੁਰਗਾਂ ਦੇ ਕੋਲ ਆਪਣਾ ਤਜੁਰਬਾ ਹੁੰਦਾ ਹੈ, ਉਹਨਾਂ ਦੇ ਕੋਲ ਆਪਣਾ ਇੱਕ ਪੂਰੀ ਉਹ ਸੀਜ਼ਨ, ਉਹ ਕਰੈਕਟ ਉਹਨਾਂ ਨੇ ਸਾਰਾ ਸੁੱਖ ਦੁੱਖ ਪਿੰਡ ਦਾ ਵਿਕਾਸ, ਪਿੰਡ ਦਾ ਇਤਿਹਾਸ ਦੇਖਿਆ ਹੁੰਦਾ ਹੈ, ਪਿੰਡ ਦਾ ਸਾਰਾ ਕੁਝ ਉਹ ਦੇਖਿਆ ਹੁੰਦਾ ਉਹਨਾਂ ਨੇ, ਇਸ ਚੀਜ਼ ਨਾਲ ਉਹਦਾ ਫਰਕ ਪੈਂਦਾ। ਸਾਡੇ ਨਾਲ ਹੋਰ ਵੀ ਕਾਲਜ ਨੇ, ਉਹਨਾਂ 'ਤੇ ਵੀ ਆਪਾਂ ਵਿਚਾਰ ਜਾਣ ਲਈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ? ਮੈਂ ਜੋਗਿੰਦਰਪਾਲ ਸਿੰਘ ਫਰੋਮ ਨਿਊਯਾਰਕ। ਹਾਂਜੀ ਜੋਗਿੰਦਰਪਾਲ ਸਿੰਘ ਜੀ, ਕੀ ਵਿਚਾਰ ਸਾਂਝੇ ਕਰਨਾ ਚਾਹੋਗੇ? ਵਿਚਾਰ ਇੱਦਾਂ ਹੈ ਜੀ, ਸਰਪੰਚੀ ਵਾਸਤੇ ਸਾਡਾ ਦੇਸ਼ ਆਜ਼ਾਦ ਹੋਇਆ 1947 ਜੀ, ਤੇ ਮੇਰਾ ਜਨਮ ਹੋਇਆ 1965 ਜੀ। ਉਦੋਂ ਤੋਂ ਜਦੋਂ ਕਿਤੇ ਮੈਨੂੰ ਹੋਸ਼ ਆਈ ਹੈ 1970-71 ਦੇ ਵਿੱਚ, ਜੋ ਵੀ ਸਰਪੰਚ ਬਣਦਾ ਉਹ ਕਹਿੰਦਾ ਵੀ ਪਿੰਡ ਦੀਆਂ ਗਲੀਆਂ ਤੇ ਨਾਲੀਆਂ ਪੱਕੀਆਂ ਕਰਾਣੀਆਂ ਜੀ। ਅੱਜ ਤੱਕ ਮਤਲਬ ਕਿ ਜੋ ਹਰ ਜਿੰਨਾ ਕੁ ਸਮਾਂ ਲੰਘ ਗਿਆ, 50-60 ਸਾਲ 50-55 ਸਾਲ ਲੰਘ ਗਏ ਨੇ, ਉਹ ਹਰ ਟਾਈਮ ਇਹੀ ਹੁੰਦਾ ਗਲੀਆਂ ਨਾਲੀਆਂ ਪੱਕੀਆਂ, ਹੋਰ ਕੋਈ ਵਿਕਾਸ ਪਿੰਡ ਦਾ ਮਤਲਬ ਕਿਤੇ ਜਿਵੇਂ ਕੋਈ ਸੀਵਰੇਜ ਪਾਉਣਾ ਜਾਂ ਕੋਈ ਹੋਰ ਚਰਸਤੇ ਪੱਕੇ ਜਾਂ ਆਲੇ ਦੁਆਲਾ ਹੋਰ ਵੀ ਪਿੰਡ ਦਾ ਸਫਾਈ ਦਾ ਕੰਮ ਜਾਂ ਹੋਰ ਕਿੱਦਾਂ ਨੇ, ਜਿਹੜੇ ਕੋਈ ਗਰੀਬਾਂ ਨੇ ਮਸਲੇ ਹੱਲ ਕਰਨੇ ਜਾਂ ਕੋਈ ਪ੍ਰਾਈਵੇਟ ਸਕੂਲ ਨੇ ਉਹਨਾਂ ਦਾ ਦੇਖ ਰੇਖ ਕਰਨੀ ਜਾਂ ਕੋਈ ਡਿਸਪੈਂਸਰੀ ਬਾਰੇ ਜਾਂ ਕੋਈ ਪਸ਼ੂ ਪਾਲਣ ਹਸਪਤਾਲ ਵਾਸਤੇ। ਤੇ ਦੂਸਰੀ ਗੱਲ ਇਹ ਆਉਂਦੀ ਹੈ ਕਿ ਜਦੋਂ ਵੀ ਸਰਪੰਚੀ ਦੀ ਇਲੈਕਸ਼ਨ ਹੁੰਦੀ ਹੈ, ਕੋਈ ਵੀ ਪਾਰਟੀ ਹੋਵੇ ਚਾਹੇ ਅਕਾਲੀ ਨਾਲ ਜੁੜਿਆ ਜਾਂ ਕਾਂਗਰਸ ਨਾਲ ਜੁੜਿਆ, ਉਹ ਸਾਰੇ ਹੀ ਬੰਦੇ ਇੱਕ ਸ਼ਰਾਬ ਦੀ ਬੋਤਲ ਵਾਸਤੇ ਵੋਟ ਪਾਉਂਦੇ ਨੇ ਜੀ। ਮੈਂ ਆਪਣੇ ਅੱਖੀ ਹਾਲਾਤ ਦੇਖ ਕੇ ਆਇਆ ਕਿ ਜਿਹੜੇ ਬੰਦੇ ਦਾ ਭਾਰੂ, ਜਿਵੇਂ ਫਰਜ਼ ਕਰੋ ਕਾਂਗਰਸ ਦਾ ਅੱਜ ਕੱਲ੍ਹ ਰਾਜ ਹੈ ਤੇ ਕਾਂਗਰਸ ਦਾ ਸਰਪੰਚ ਖਲੋ ਰਿਹਾ ਹੈ, ਤੇ ਬੰਦੇ ਅਕਾਲੀਆਂ ਦੇ ਨੇ, ਉਹ ਕਹਿੰਦੇ ਮੇਰੇ ਘਰੇ ਸ਼ਰਾਬ ਦੀ ਬੋਤਲ ਦੇ ਜਾਓ, ਮੈਂ ਉੱਥੇ ਨਹੀਂ ਆ ਸਕਦਾ ਕਿਉਂਕਿ ਮੈਂ ਆਪਣਾ ਮੂੰਹ ਨਹੀਂ ਦਿਖਾਣਾ ਹੈਗਾ। ਅੱਛਾ, ਇੱਦਾਂ ਦੇ ਹਾਲਾਤ ਨੇ, ਤੇ ਮੈਂ ਚਾਹੁੰਦਾ ਉਹਨੇ ਸਾਰੇ ਭੈਣ ਭਰਾਵਾਂ ਨੂੰ ਕਿ ਇਸ ਸ਼ਰਾਬ ਦੀ ਬੋਤਲ ਤੋਂ ਉੱਠ ਕੇ ਆਪਣੇ ਪਿੰਡ ਦੇ ਵਿਕਾਸ ਨੂੰ ਦੇਖਦੇ ਹੋਏ ਵੋਟ ਦਿਓ, ਵਿਚਾਰ ਕੀਤਾ ਸੀਗਾ ਆਪਣੇ ਹੋਰ ਦਰਸ਼ਕਾਂ ਦੇ ਨਾਲ, ਤੇ ਉਹਨਾਂ ਨੇ ਕਿਹਾ ਸੀਗਾ ਇੱਕ ਨੌਲੇਜੇਬਲ ਔਰ ਇੱਕ ਐਜੂਕੇਟਿਡ, ਦੋਨਾਂ ਦੇ ਵਿੱਚ ਫਰਕ ਹੈ। ਯਾਨੀ ਕਿ ਨੌਲੇਜੇਬਲ ਕਿ ਸਾਡੇ ਸਰਪੰਚ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅੱਜ ਰੇਸ਼ਮ ਸਿੰਘ ਦੇ ਘਰ ਦੇ ਵਿੱਚ, ਕੇਵਲ ਸਿੰਘ ਦੇ ਘਰ ਦੇ ਵਿੱਚ, ਅੱਜ ਗੁਰਪ੍ਰੀਤ ਸਿੰਘ ਦੇ ਘਰ ਦੇ ਵਿੱਚ, ਹਰਪ੍ਰੀਤ ਸਿੰਘ ਦੇ ਘਰ ਦੇ ਵਿੱਚ ਕਿਹੜੀਆਂ ਮਜਬੂਰੀਆਂ ਹਨ, ਕਿਹੜੀ ਕਿਹੜੀ ਉੱਥੇ ਮਸਲੇ ਹਨ, ਨੌਲੇਜੇਬਲ ਐਂਡ ਉੱਥੇ ਦੂਜੇ ਪਾਸੇ ਐਜੂਕੇਟਿਡ ਸਰਪੰਚ, ਯਾਨੀ ਕਿ ਉਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਅੱਜ ਕੇਵਲ ਸਿੰਘ ਦੇ ਘਰ ਦੇ ਵਿੱਚ ਸਾਰੇ ਕਰੈਕਟਰ ਉਹੀ ਨੇ, ਹਰਪ੍ਰੀਤ ਸਿੰਘ ਦੇ ਘਰ ਦੇ ਵਿੱਚ, ਗੁਰਪ੍ਰੀਤ ਸਿੰਘ ਦੇ ਘਰ ਦੇ ਵਿੱਚ ਵਾਕਈ ਕਿਹੜੇ ਕਿਹੜੇ ਮੁੱਦੇ ਹਨ। ਯਾਨੀ ਕਿ ਨੌਲੇਜੇਬਲ ਸਰਪੰਚ ਜਿਹਨੂੰ ਸਾਰਾ ਕੁਝ ਪਤਾ, ਐਜੂਕੇਟਿਡ ਸਰਪੰਚ, ਦੋਨਾਂ ਦੀ ਲੋੜ ਹੈਗੀ ਹੈ ਕਿ ਇਹ ਵੱਖ ਵੱਖ ਆਪਾਂ ਇਹਨਾਂ ਨੂੰ ਡੈਫੀਨੇਸ਼ਨ ਦੇ ਸਕਦੇ ਹਾਂ? ਨਹੀਂ, ਅਗਰ ਦੋਨਾਂ ਦਾ ਕੰਬੀਨੇਸ਼ਨ ਹੋ ਜਾਏ ਤਾਂ ਬਹੁਤ ਵਧੀਆ, ਕਿਉਂਕਿ ਇਹਦੇ 'ਚ ਜਿਹੜਾ ਪਿੰਡਾਂ ਦਾ ਵਿਕਾਸ ਹੋਣਾ ਹੈ, ਜਿਹੜੀ ਇਮਦਾਦ ਆਉਣੀ ਹੈ, ਡਿਪਟੀ ਕਮਿਸ਼ਨਰ ਤੋਂ ਆਉਣੀ ਹੈ, ਚੰਡੀਗੜ੍ਹ ਤੋਂ ਆਉਣੀ ਹੈ, ਉਹਦੇ 'ਚ ਲਿਖਿਤ ਪੜ੍ਹਤ ਬਹੁਤ ਹੁੰਦੀ ਹੈ, ਕਈ ਕਾਗਜ਼ ਸਾਈਨ ਕਰਨੇ ਪੈਂਦੇ ਆ, ਕਈ ਫੰਡਸ ਦਾ ਹਿਸਾਬ ਰੱਖਣਾ ਪੈਂਦਾ, ਕਿੰਨਾ ਖਰਚਾ ਹੋਇਆ, ਕਿੱਦਾਂ ਬਕਾਇਦਾ ਲਿਖ ਕੇ ਸਰਪੰਚਾਂ ਨੂੰ ਬਣਾ ਸਟੇਟਮੈਂਟ ਦੇਣੀ ਪੈਂਦੀ ਹੈ। ਇਹਦੇ ਵਾਸਤੇ ਆਏ ਕਿ ਪੜ੍ਹਿਆ ਲਿਖਿਆ ਵੀ ਹੋਵੇ ਔਰ ਜਿਹੜਾ ਥੋੜ੍ਹਾ ਸੂਝਵਾਨ ਵੀ ਹੋਵੇ, ਜਿਹਨੂੰ ਕਹਿੰਦੇ ਪਿੰਡ ਦਾ ਮੋਤਬਰ ਬੰਦਾ ਹੋਵੇ, ਜਿਹਨੂੰ ਸਾਰੇ ਪਿੰਡ ਦੀ ਨੌਲੇਜ ਵੀ ਹੋਵੇ, ਇਹੋ ਜਿਹਾ ਕੰਬੀਨੇਸ਼ਨ
ਕੰਬੀਨੇਸ਼ਨ ਮਿਲੇ ਤਾਂ ਦੈਟ ਇਜ਼ ਗੁੱਡ ਫੋਰ ਦ ਵਿਲੇਜ। ਅੱਛਾ, ਵਟ ਯੂ ਥਿੰਕ ਜਿਹੜੀ ਹੁਣ ਇੱਕ ਕਿਤੇ ਨਾ ਕਿਤੇ ਕਨਫਿਊਜ਼ਨ ਕ੍ਰੀਏਟ ਹੋਈ ਪਈ ਹੈ ਵੱਖ ਵੱਖ ਪਾਰਟੀਆਂ ਦੇ ਵਿੱਚ, ਅਤੇ ਕਿੱਥੇ ਸਟੈਂਡ ਕਰਦੀਆਂ ਹਨ? ਅਗਰ ਜਿਵੇਂ ਤੁਸੀਂ ਕਿਹਾ ਕਿ ਕਾਂਗਰਸ ਗੇਨ ਕਰ ਸਕਦੀ ਹੈ, ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣੀ ਬੇਅਦਬੀ ਮਾਮਲਿਆਂ ਨੂੰ ਲੈ ਕੇ ਕਿਤੇ ਨਾ ਕਿਤੇ ਘਿਰਦੀ ਹੋਈ ਨਜ਼ਰ ਆ ਰਹੀ ਹੈ ਪੰਜਾਬ ਦੇ ਵਿੱਚ, ਆਮ ਆਦਮੀ ਪਾਰਟੀ, ਤੁਹਾਨੂੰ ਲੱਗਦਾ ਹੈ ਕਿ ਪਹਿਲਾਂ 10 ਸਾਲ ਰਹਿ ਚੁੱਕੇ ਹਨ ਪਿੰਡ ਦੇ ਸਰਪੰਚ ਜੋ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸੰਬੰਧਿਤ ਸੀਗੇ, ਅਗਰ ਕਾਂਗਰਸ ਦੇ ਸਰਪੰਚ ਬਣ ਕੇ ਸਾਹਮਣੇ ਆਉਂਦੇ ਹਨ ਤਾਂ ਕੀ ਕੁਝ ਵਿਕਾਸ ਹੋ ਸਕਦਾ ਹੈ? ਤੁਹਾਨੂੰ ਲੱਗਦਾ ਹੈ ਕਿ ਸਿਰਫ ਜੁਮਲੇਬਾਜ਼ੀ ਹੋਏਗੀ ਕਿ ਵਾਕਈ ਕਾਂਗਰਸ ਵਚਨਬੰਧ ਹੈਗੀ ਹੈ, ਉਹਨਾਂ ਦੇ ਜਿਹੜੇ ਨੁਮਾਇੰਦੇ ਹਨ ਉਹ ਵਚਨਬੰਧ ਹੈਗੇ ਨੇ? ਦੇਖੋ, ਇਹਦੇ 'ਚ ਇੱਕ ਪੋਲੀਟੀਕਲ ਇਕੁਏਸ਼ਨ, ਅਗਰ ਸਰਪੰਚ ਰੂਲਿੰਗ ਪਾਰਟੀ ਦਾ ਹੋਏਗਾ ਤਾਂ ਪੋਲੀਟੀਕਲ ਅਲਾਈਨਮੈਂਟ ਹੋ ਜਾਂਦੀ ਹੈ, ਕਿਉਂਕਿ ਪੋਲੀਟੀਕਲ ਅਗਰ ਪਾਰਟੀ ਦਾ ਸਰਪੰਚ ਹੋਏਗਾ ਜਿਹਦੀ ਸਰਕਾਰ ਹੋਏਗੀ ਚੰਡੀਗੜ੍ਹ 'ਚ, ਤਾਂ ਉਹ ਕੱਲ੍ਹ ਨੂੰ ਕੰਮ ਕਰਾ ਸਕਦਾ, ਕੱਲ੍ਹ ਨੂੰ ਪਿੰਡ ਦਾ ਵਿਕਾਸ ਕਰਾ ਸਕਦਾ। ਜਿਸ ਤਰ੍ਹਾਂ ਜ਼ਿਕਰ ਕੀਤਾ ਕਿ ਜੇ ਤੁਸੀਂ ਆਮ ਆਦਮੀ ਪਾਰਟੀ ਦਾ, ਮੈਂ ਕਿਸੇ ਵੀ ਐਸੀ ਪਾਰਟੀ ਦਾ ਬੰਦਾ ਆਪਣਾ ਸਰਪੰਚ ਬਣਾ ਲਓ, ਕੱਲ੍ਹ ਨੂੰ ਤਾਂ ਉਹ ਸਿੱਧਾ ਆ ਕੇ ਲੋਜਿਕ ਦੇਗਾ ਜੀ ਮੇਰੀ ਤਾਂ ਕੰਮ, ਮੇਰੀ ਤਾਂ ਗੱਲ ਮੰਨਦਾ ਹੀ ਨਹੀਂ ਕੋਈ ਵੀ, ਮੈਂ ਉੱਥੋਂ ਡਿਪਟੀ ਕਮਿਸ਼ਨਰ ਦੇ ਕੋਲ ਦਫ਼ਤਰ 'ਚ ਜਾ ਕੇ ਬਹਿ ਕੇ ਆ ਗਿਆ, ਮੈਂ MLA ਨੂੰ ਮਿਲ ਕੇ ਆ ਗਿਆ, MLA MP ਡਿਪਟੀ ਜਿਹੜੇ ਹੁੰਦੇ ਨੇ ਇਹ ਸਾਰੇ ਇੱਕੋ ਪੋਲੀਟੀਕਲ ਅਲਾਈਨਮੈਂਟ ਜ਼ਰੂਰ ਚਾਹੀਦਾ, ਕਿਉਂਕਿ ਵੀ ਹੈਵ ਸੀਨ ਅਗਰ ਪੋਲੀਟੀਕਲ ਅਲਾਈਨਮੈਂਟ ਨਹੀਂ ਹੁੰਦਾ ਤਾਂ ਦੂਜੀ ਪੋਲੀਟੀਕਲ ਪਾਰਟੀ ਨੂੰ ਲੋਕ ਇੰਨੀ ਜਲਦੀ ਸਪੋਰਟ ਨਹੀਂ ਕਰਦੇ, ਗੌਰਮੈਂਟ ਵੀ ਸਪੋਰਟ ਨਹੀਂ ਕਰੇਗੀ, ਉਹ ਫਿਰ ਉਸ ਕਹੇਗੀ ਕੋਈ ਫਲਾਣੇ ਪਾਰਟੀ ਨੇ ਆਮ ਆਦਮੀ ਪਾਰਟੀ ਦਾ ਬੰਦਾ ਬਣਾ ਲਿਆ, ਉਹਨੂੰ ਕਰਾ ਲਓ ਵਿਕਾਸ ਆਪਣਾ, ਇਟਸ ਲਾਈਕ ਦੈਟ। ਕਰੈਕਟ, ਆਮ ਆਦਮੀ ਪਾਰਟੀ ਦੇ ਕਈ ਜਿਹੜੇ ਵਿਧਾਇਕ ਹਨ ਉਹਨਾਂ ਦੀ ਇਹ ਵੀ ਗੱਲ ਸਾਹਮਣੇ ਆਈ ਸੀਗੀ ਕਿ ਨਵੇਂ ਉਹ ਚੁਣ ਕੇ ਵਿਧਾਇਕ ਬਣੇ ਹਨ, ਉਹਨਾਂ ਨੂੰ ਇਹ ਨਹੀਂ ਪਤਾ ਕਿ ਆਪਾਂ ਬਿਊਰੋਕਰੈਟ ਦੇ ਕਮਰੇ ਦੇ ਵਿੱਚ ਕਿਸ ਤਰੀਕੇ ਨਾਲ ਦਾਖਲ ਹੋਣਾ ਔਰ ਬਿਊਰੋਕਰੈਟ ਤੋਂ ਕੀ ਕੁਝ ਕੰਮ ਕਰਵਾ ਕੇ ਲਿਆਉਣਾ, ਇਹ ਕਿਤੇ ਨਾ ਕਿਤੇ ਕਨਫਿਊਜ਼ਨ ਕ੍ਰੀਏਟ ਹੋਈ ਹੋਈ ਹੈ। ਲੇਕਿਨ ਮੈਂ ਇੱਕ ਬ੍ਰੇਕ ਲਈ ਰੁਕ ਰਿਹਾ ਹਾਂ, ਬ੍ਰੇਕ ਤੋਂ ਬਾਅਦ ਜਦ ਆਪਾਂ ਵਾਪਸ ਆਵਾਂਗੇ ਤਾਂ ਆਪਾਂ ਇਹ ਗੱਲ ਕਰਾਂਗੇ ਕਿ ਆਖਿਰਕਾਰ ਸਰਪੰਚ ਦੀ ਪਾਵਰ ਕੀ ਕੀ ਹੈ।